ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਅਸੀਂ ਬਣਾਉਣ ਜਾ ਰਹੇ ਹਾਂ ਮਸਾਲਾ ਅਰਬੀ। ਉਹਦੇ ਲਈ ਅਸੀਂ ਲਈ 1 ਕਿਲੋ ਅਰਬੀ। ਇਹ ਅਰਬੀ ਅਸੀਂ ਛਿੱਲੀ ਹੋਈ ਆ ਅਤੇ ਕੱਟੇ ਹੋਏ ਪਿਆਜ਼, 4 ਪਿਆਜ਼ ਕੱਟ ਲਏ ਆ। ਇਸ ਤੋਂ ਬਾਅਦ ਥੋੜ੍ਹਾ ਅਦਰਕ ਨੂੰ ਕੱਟਿਆ ਹੋਇਆ, ਟਮਾਟਰ, 3 ਟਮਾਟਰ, ਜੀਰਾ, ਅਜਵਾਇਣ ਅਤੇ ਕੀਮੇ ਦੇ ਰੰਗ ਵਾਸਤੇ ਅਤੇ ਫਲੇਵਰ ਵਾਸਤੇ। ਸਰੋਂ ਦੇ ਤੇਲ ਨੂੰ, ਇਹ ਕੜਛੀ ਸਰੋਂ ਦੇ ਤੇਲ ਨੂੰ ਗਰਮ ਕੀਤਾ। ਜਦ ਤੱਕ ਧੂੰਆਂ ਨਹੀਂ ਉੱਠਣ ਲੱਗਦਾ, ਸਰੋਂ ਦੇ ਤੇਲ ਨੂੰ ਬਿਲਕੁਲ ਪਕਾਉਣਾ। ਅਤੇ ਅਸੀਂ ਹੁਣ ਅਰਬੀ ਨੂੰ ਧੋ ਲੈਂਦੇ ਹਾਂ। ਅਰਬੀ ਦੇ ਵਿੱਚ ਅਸੀਂ 1 ਚਮਚਾ ਲੂਣ ਦਾ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਹੱਥਾਂ ਨਾਲ ਮਲ ਕੇ ਧੋ ਲੈਂਦੇ ਹਾਂ। ਇਸ ਤਰ੍ਹਾਂ ਚੰਗੀ ਤਰ੍ਹਾਂ ਧੋਣ ਨਾਲ, ਨਮਕ ਵਾਲੇ ਪਾਣੀ ਨਾਲ ਧੋਣ ਨਾਲ ਅਰਬੀ ਲੇਸਦਾਰ ਨਹੀਂ ਬਣਦੀ। ਹੁਣ ਸਾਡਾ ਤੇਲ ਹੋ ਗਿਆ ਗਰਮ, ਗੈਸ ਨੂੰ ਕਰ ਦਿੰਦੇ ਹਾਂ ਸਲੋ ਅਤੇ ਤੇਲ ਨੂੰ ਥੋੜ੍ਹਾ ਜਿਹਾ ਹਿਲਾਉਂਦੇ ਹਾਂ, ਥੋੜ੍ਹਾ ਜਿਹਾ ਇਹਦਾ ਟੈਂਪਰੇਚਰ ਘੱਟ ਸਕੇ। ਅਤੇ ਹੁਣ ਅਸੀਂ ਇਸ ਵਿੱਚ ਜੋ ਪਿਆਜ਼ ਅਸੀਂ ਪਹਿਲਾਂ ਕੱਟ ਕੇ ਰੱਖੇ ਆ ਉਹ ਪਾਉਂਦੇ ਹਾਂ। ਅਤੇ ਗੈਸ ਨੂੰ ਅਸੀਂ ਥੋੜ੍ਹਾ ਫਲੇਮ ਨੂੰ ਤੇਜ਼ ਕਰ ਦਿੰਦੇ ਹਾਂ। ਇਸ ਤਰ੍ਹਾਂ ਪਿਆਜ਼ ਜਦੋਂ ਭੁੱਜਣ ਲੱਗਣ ਅਤੇ ਇਹਦੇ ਵਿੱਚ ਅਸੀਂ 1 ਚਮਚਾ ਜੀਰੇ ਦਾ ਪਾਉਂਦੇ ਹਾਂ ਅਤੇ ਅੱਧਾ ਚਮਚਾ ਅਜਵਾਇਣ ਦਾ ਪਾਵਾਂਗੇ। ਇਸ ਨੂੰ ਵੀ ਤੇਲ ਵਿੱਚ ਚੰਗੀ ਤਰ੍ਹਾਂ ਹਿਲਾ ਕੇ ਭੁੰਨਣਾ। ਜਿੱਦਾਂ ਤੁਸੀਂ ਦੇਖ ਰਹੇ ਹੋ ਤੇਲ ਚੰਗੀ ਤਰ੍ਹਾਂ, ਅਦਰਕ ਨੂੰ ਵੀ ਅਸੀਂ ਵਿੱਚ ਪਾ ਰਹੇ ਹਾਂ ਅਤੇ ਅਦਰਕ ਵੀ ਹਲਕਾ ਸੌਫਟ ਹੋ ਜਾਏਗਾ। ਹੁਣ ਅਸੀਂ ਇਹਦੇ ਵਿੱਚ 4 ਕੱਟੇ ਹੋਏ ਟਮਾਟਰ ਪਾਉਂਦੇ ਹਾਂ, ਚੰਗੀ ਤਰ੍ਹਾਂ ਹਿਲਾਵਾਂਗੇ। ਇਸ ਤਰ੍ਹਾਂ ਟਮਾਟਰਾਂ ਦੇ ਸੌਫਟ ਹੋਣ ਤੱਕ ਪਕਾਉਣਾ। ਤੇ ਹੁਣ ਅਸੀਂ ਇਹਦੇ ਵਿੱਚ ਲਾਲ ਮਿਰਚ ਪਾਊਡਰ ਪਾਉਂਦੇ ਹਾਂ, ਅੱਧਾ ਚਮਚਾ ਹਲਦੀ ਪਾਊਡਰ ਤੇ ਫਿਰ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਹਾਂ। ਅੱਧਾ ਚਮਚਾ ਨਮਕ, 1 ਚਮਚਾ ਜੀਰਾ ਪਾਊਡਰ, 1 ਚਮਚਾ ਧਨੀਆ ਪਾਊਡਰ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਹਿਲਾਉਂਦੇ ਹਾਂ। ਜਿੱਦਾਂ ਤੁਸੀਂ ਦੇਖ ਰਹੇ ਹੋ ਕਿ ਰੰਗ ਵਧੀਆ ਬਣ ਰਿਹਾ। ਅਤੇ ਹੁਣ ਅਸੀਂ ਉਹਦੇ ਵਿੱਚ ਧੋਤੀ ਹੋਈ ਅਰਬੀ ਪਾਉਂਦੇ ਹਾਂ। ਅਰਬੀ ਨੂੰ ਪਾਉਣ ਤੋਂ ਬਾਅਦ ਇਸ ਮਸਾਲੇ ਤੇਲ ਵਿੱਚ ਚੰਗੀ ਤਰ੍ਹਾਂ ਭੁੰਨਣਾ। ਇਸ ਤਰ੍ਹਾਂ ਭੁੰਨਣ ਨਾਲ ਅਰਬੀ ਬਿਲਕੁਲ ਵੀ ਲੇਸਦਾਰ ਨਹੀਂ ਬਣੇਗੀ। ਤਿੰਨ ਤੋਂ 4 ਮਿੰਟ ਅਰਬੀ ਨੂੰ ਮਸਾਲੇ ਵਿੱਚ ਇਸੇ ਤਰ੍ਹਾਂ ਹੀ ਭੁੰਨਣਾ। ਇਸ ਤਰ੍ਹਾਂ ਭੁੰਨਣ ਨਾਲ ਅਰਬੀ ਖਿਲੀ ਖਿਲੀ ਬਣੂਗੀ। ਤੇ ਹੁਣ ਅਸੀਂ ਕੁੱਕਰ ਦਾ ਢੱਕਣ ਬੰਦ ਕਰ ਦਿੰਦੇ ਹਾਂ ਅਤੇ ਗੈਸ ਨੂੰ ਬਿਲਕੁਲ ਸਲੋ ਕਰ ਦਿੰਦੇ ਹਾਂ। ਥੋੜ੍ਹੇ ਦੇਰ ਬਾਅਦ ਅਸੀਂ ਢੱਕਣ ਖੋਲ੍ਹ ਕੇ ਦੇਖਦੇ ਹਾਂ ਅਤੇ ਸਾਡੀ ਅਰਬੀ ਲਗਭਗ ਬਣ ਕੇ ਤਿਆਰ ਆ। 1 ਵਿਸਲ ਆਉਣ ਤੋਂ ਬਾਅਦ ਹੀ ਢੱਕਣ ਨੂੰ ਖੋਲ੍ਹ ਲੈਣਾ। ਅਤੇ ਹੁਣ ਅਸੀਂ ਇਹਦੇ ਵਿੱਚ ਕਿਚਨ ਕਿੰਗ ਮਸਾਲਾ ਪਾਉਂਦੇ ਹਾਂ ਅਤੇ ਮਿਕਸ ਕਰ ਦਿੰਦੇ ਹਾਂ। ਅਤੇ ਹੁਣ ਅਸੀਂ ਇਹਦੇ ਵਿੱਚ ਅੰਬਚੂਰਨ ਪਾਊਡਰ ਵੀ ਪਾ ਸਕਦੇ ਹਾਂ ਅਤੇ ਚਾਟ ਮਸਾਲਾ ਵੀ ਪਾ ਸਕਦੇ ਹਾਂ, ਪਰ ਅਸੀਂ ਇੱਥੇ ਚਾਟ ਮਸਾਲੇ ਦੀ ਵਰਤੋਂ ਕਰ ਰਹੇ ਹਾਂ। ਚੰਗੀ ਤਰ੍ਹਾਂ ਹਿਲਾਉਣ ਤੋਂ ਬਾਅਦ ਅਸੀਂ ਹੁਣ ਦੇਖ ਰਹੇ ਹਾਂ ਸਾਡੀ ਅਰਬੀ ਬਣ ਕੇ ਬਿਲਕੁਲ ਤਿਆਰ ਆ।
चलो इस नूं सर्व कर लैंदे आं। जे तुहानूं साडी वीडियो वधिया लगी तां वीडियो नूं शेयर जरूर करिओ। थैंक्स फॉर वॉचिंग।